ਇੱਕ ਬਾਈਕ ਸਵਾਰ ਨੂੰ ਇੱਕ ਟਰੱਕ ਕੁਚਲਦਾ ਹੋਇਆ ਫਰਾਰ ਹੋ ਗਿਆ, ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਗਈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਹਾਦਸਾ ਨਜ਼ਰ ਆਇਆ, ਜਿੱਥੇ ਇੱਕ ਬਾਈਕ ਸਵਾਰ ਨੂੰ ਟਰੱਕ ਵਾਲਾ ਪਹਿਲੇ ਟੱਕਰ ਮਾਰਦਾ ਹੈ, ਜਿਸ ਕਰਕੇ ਬਾਈਕ ਸਵਾਰ ਡਿੱਗ ਜਾਂਦਾ ਹੈ ਤੇ ਫਿਰ ਉਸਦੇ ਉੱਤੋਂ ਦੀ ਟਰੱਕ ਲੰਘਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਇਸ ਸ਼ਖਸ ਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ। ਰਾਹਗੀਰਾਂ ਦੇ ਵੀ ਹਾਦਸਾ ਦੇਖ ਕੇ ਰੌਂਗਟੇ ਖੜੇ ਹੋ ਜਾਂਦੇ ਨੇ। ਇਹ ਵੀਡੀਓ ਮੋਗਾ ਸ਼ਹਿਰ ਦੀ ਦੱਸੀ ਜਾ ਰਹੀ ਹੈ, ਜਿੱਥੇ ਜੀਟੀ ਰੋਡ ਦੇ ਉੱਤੇ ਹਾਦਸਾ ਵਾਪਰਿਆ ਹੈ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਰਹੇ ਹੋ, ਜਿਸ ਵਿੱਚ ਇਹ ਟਰੱਕ ਜੋ ਕਿ ਪਿੱਛੋਂ ਆ ਰਿਹਾ ਹੈ, ਤਾਂ ਇੱਥੇ ਬਾਈਕ ਸਵਾਰ ਅੱਗੇ ਅੱਗੇ ਜਾ ਰਿਹਾ ਹੈ, ਉੱਥੇ ਸੜਕ ਦੇ ਕੰਢੇ ਤੇ ਇੱਕ ਕਾਰ ਵੀ ਖੜੀ ਹੈ। ਜਿਵੇਂ ਹੀ ਟਰੱਕ ਇਸ ਕਾਰ ਦੇ ਨੇੜਿਓਂ ਲੰਘਣ ਲੱਗਦਾ ਹੈ, ਤਾਂ ਦੂਸਰੀ ਸਾਈਡ ਤੇ ਜੋ ਬਾਈਕ ਸਵਾਰ ਜਾ ਰਿਹਾ ਹੁੰਦਾ ਹੈ, ਟਰੱਕ ਪਹਿਲੇ ਤਾਂ ਉਹਨੂੰ ਸਾਈਡ ਮਾਰਦਾ ਹੈ, ਜਿਸ ਕਰਕੇ ਬਾਈਕ ਸਵਾਰ ਡਿੱਗ ਜਾਂਦਾ ਹੈ, ਤਾਂ ਫਿਰ ਟਰੱਕ ਦੇ ਹੇਠਾਂ ਆ ਜਾਂਦਾ ਹੈ ਅਤੇ ਟਰੱਕ ਚਾਲਕ ਵੀ ਬਿਨਾਂ ਬ੍ਰੇਕ ਲਗਾਏ ਇਸ ਸ਼ਖਸ ਨੂੰ ਦਰੜਦਾ ਹੋਇਆ ਉੱਥੋਂ ਫਰਾਰ ਹੋ ਜਾਂਦਾ ਹੈ, ਜਿਸ ਕਰਕੇ ਇਸ ਸ਼ਖਸ ਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ। ਹਾਦਸੇ ਤੋਂ ਬਾਅਦ ਰਾਹਗੀਰ ਇਕੱਠੇ ਹੁੰਦੇ ਨੇ ਤੇ ਇਸ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਉਧਰ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਬਾਈਕ ਸਵਾਰ ਨੂੰ ਇੱਕ ਟਰੱਕ ਕੁਚਲਦਾ ਹੋਇਆ ਫਰਾਰ ਹੋ ਗਿਆ, ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਗਈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਹਾਦਸਾ ਨਜ਼ਰ ਆਇਆ, ਜਿੱਥੇ ਇੱਕ ਬਾਈਕ ਸਵਾਰ ਨੂੰ ਟਰੱਕ ਵਾਲਾ ਪਹਿਲੇ ਟੱਕਰ ਮਾਰਦਾ ਹੈ, ਜਿਸ ਕਰਕੇ ਬਾਈਕ ਸਵਾਰ ਡਿੱਗ ਜਾਂਦਾ ਹੈ ਤੇ ਫਿਰ ਉਸਦੇ ਉੱਤੋਂ ਦੀ ਟਰੱਕ ਲੰਘਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਇਸ ਸ਼ਖਸ ਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ। ਰਾਹਗੀਰਾਂ ਦੇ ਵੀ ਹਾਦਸਾ ਦੇਖ ਕੇ ਰੌਂਗਟੇ ਖੜੇ ਹੋ ਜਾਂਦੇ ਨੇ। ਇਹ ਵੀਡੀਓ ਮੋਗਾ ਸ਼ਹਿਰ ਦੀ ਦੱਸੀ ਜਾ ਰਹੀ ਹੈ, ਜਿੱਥੇ ਜੀਟੀ ਰੋਡ ਦੇ ਉੱਤੇ ਹਾਦਸਾ ਵਾਪਰਿਆ ਹੈ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਰਹੇ ਹੋ, ਜਿਸ ਵਿੱਚ ਇਹ ਟਰੱਕ ਜੋ ਕਿ ਪਿੱਛੋਂ ਆ ਰਿਹਾ ਹੈ, ਤਾਂ ਇੱਥੇ ਬਾਈਕ ਸਵਾਰ ਅੱਗੇ ਅੱਗੇ ਜਾ ਰਿਹਾ ਹੈ, ਉੱਥੇ ਸੜਕ ਦੇ ਕੰਢੇ ਤੇ ਇੱਕ ਕਾਰ ਵੀ ਖੜੀ ਹੈ। ਜਿਵੇਂ ਹੀ ਟਰੱਕ ਇਸ ਕਾਰ ਦੇ ਨੇੜਿਓਂ ਲੰਘਣ ਲੱਗਦਾ ਹੈ, ਤਾਂ ਦੂਸਰੀ ਸਾਈਡ ਤੇ ਜੋ ਬਾਈਕ ਸਵਾਰ ਜਾ ਰਿਹਾ ਹੁੰਦਾ ਹੈ, ਟਰੱਕ ਪਹਿਲੇ ਤਾਂ ਉਹਨੂੰ ਸਾਈਡ ਮਾਰਦਾ ਹੈ, ਜਿਸ ਕਰਕੇ ਬਾਈਕ ਸਵਾਰ ਡਿੱਗ ਜਾਂਦਾ ਹੈ, ਤਾਂ ਫਿਰ ਟਰੱਕ ਦੇ ਹੇਠਾਂ ਆ ਜਾਂਦਾ ਹੈ ਅਤੇ ਟਰੱਕ ਚਾਲਕ ਵੀ ਬਿਨਾਂ ਬ੍ਰੇਕ ਲਗਾਏ ਇਸ ਸ਼ਖਸ ਨੂੰ ਦਰੜਦਾ ਹੋਇਆ ਉੱਥੋਂ ਫਰਾਰ ਹੋ ਜਾਂਦਾ ਹੈ, ਜਿਸ ਕਰਕੇ ਇਸ ਸ਼ਖਸ ਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ। ਹਾਦਸੇ ਤੋਂ ਬਾਅਦ ਰਾਹਗੀਰ ਇਕੱਠੇ ਹੁੰਦੇ ਨੇ ਤੇ ਇਸ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਉਧਰ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਬਾਈਕ ਸਵਾਰ ਨੂੰ ਇੱਕ ਟਰੱਕ ਕੁਚਲਦਾ ਹੋਇਆ ਫਰਾਰ ਹੋ ਗਿਆ, ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਗਈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਹਾਦਸਾ ਨਜ਼ਰ ਆਇਆ, ਜਿੱਥੇ ਇੱਕ ਬਾਈਕ ਸਵਾਰ ਨੂੰ ਟਰੱਕ ਵਾਲਾ ਪਹਿਲੇ ਟੱਕਰ ਮਾਰਦਾ ਹੈ, ਜਿਸ ਕਰਕੇ ਬਾਈਕ ਸਵਾਰ ਡਿੱਗ ਜਾਂਦਾ ਹੈ ਤੇ ਫਿਰ ਉਸਦੇ ਉੱਤੋਂ ਦੀ ਟਰੱਕ ਲੰਘਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਇਸ ਸ਼ਖਸ ਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ। ਰਾਹਗੀਰਾਂ ਦੇ ਵੀ ਹਾਦਸਾ ਦੇਖ ਕੇ ਰੌਂਗਟੇ ਖੜੇ ਹੋ ਜਾਂਦੇ ਨੇ। ਇਹ ਵੀਡੀਓ ਮੋਗਾ ਸ਼ਹਿਰ ਦੀ ਦੱਸੀ ਜਾ ਰਹੀ ਹੈ, ਜਿੱਥੇ ਜੀਟੀ ਰੋਡ ਦੇ ਉੱਤੇ ਹਾਦਸਾ ਵਾਪਰਿਆ ਹੈ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਰਹੇ ਹੋ, ਜਿਸ ਵਿੱਚ ਇਹ ਟਰੱਕ ਜੋ ਕਿ ਪਿੱਛੋਂ ਆ ਰਿਹਾ ਹੈ, ਤਾਂ ਇੱਥੇ ਬਾਈਕ ਸਵਾਰ ਅੱਗੇ ਅੱਗੇ ਜਾ ਰਿਹਾ ਹੈ, ਉੱਥੇ ਸੜਕ ਦੇ ਕੰਢੇ ਤੇ ਇੱਕ ਕਾਰ ਵੀ ਖੜੀ ਹੈ। ਜਿਵੇਂ ਹੀ ਟਰੱਕ ਇਸ ਕਾਰ ਦੇ ਨੇੜਿਓਂ ਲੰਘਣ ਲੱਗਦਾ ਹੈ, ਤਾਂ ਦੂਸਰੀ ਸਾਈਡ ਤੇ ਜੋ ਬਾਈਕ ਸਵਾਰ ਜਾ ਰਿਹਾ ਹੁੰਦਾ ਹੈ, ਟਰੱਕ ਪਹਿਲੇ ਤਾਂ ਉਹਨੂੰ ਸਾਈਡ ਮਾਰਦਾ ਹੈ, ਜਿਸ ਕਰਕੇ ਬਾਈਕ ਸਵਾਰ ਡਿੱਗ ਜਾਂਦਾ ਹੈ, ਤਾਂ ਫਿਰ ਟਰੱਕ ਦੇ ਹੇਠਾਂ ਆ ਜਾਂਦਾ ਹੈ ਅਤੇ ਟਰੱਕ ਚਾਲਕ ਵੀ ਬਿਨਾਂ ਬ੍ਰੇਕ ਲਗਾਏ ਇਸ ਸ਼ਖਸ ਨੂੰ ਦਰੜਦਾ ਹੋਇਆ ਉੱਥੋਂ ਫਰਾਰ ਹੋ ਜਾਂਦਾ ਹੈ, ਜਿਸ ਕਰਕੇ ਇਸ ਸ਼ਖਸ ਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ। ਹਾਦਸੇ ਤੋਂ ਬਾਅਦ ਰਾਹਗੀਰ ਇਕੱਠੇ ਹੁੰਦੇ ਨੇ ਤੇ ਇਸ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਉਧਰ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ।